ਵੀ ਘਰ ਇੰਨਾ ਪੈਸਾ ਹੈ ਨਹੀਂ ਸੀ ਵੀ ਕਰਜ਼ਾ ਚੱਕ ਕੇ ਇੱਕ ਵਾਰ ਜਾ ਰਹੇ ਹਾਂ ਅਤੇ ਵੀ ਜੇ ਬਾਹਰ ਜਾ ਕੇ ਇੰਨੇ ਨਾ ਕਮਾ ਸਕੇ ਬਾਈ ਚਾਂਸ ਫਿਰ ਵੀ ਡਿਪਰੈਸ਼ਨ ਦਾ ਸ਼ਿਕਾਰ ਹੋਣ ਤੋਂ ਕਿਤੇ ਨਾ ਕਿਤੇ ਚੰਗਾ ਵੀ ਆਪਾਂ ਇੱਥੇ ਰਹਿ ਕੇ ਥੋੜ੍ਹੇ ਪੈਸਿਆਂ 'ਚ ਕੰਮ ਸਟਾਰਟ ਕਰੀਏ। ਫਿਰ ਸੋਚਿਆ ਵੀ ਫੋਰਨ ਜਾਣ ਦੇ ਵੀ 20-25 ਲੱਖ ਰੁਪਏ ਲੱਗਦੇ ਨੇ ਹੈ ਨਾ, ਕਿਤੇ ਨਾ ਕਿਤੇ ਆਪਾਂ ਛੋਟੇ ਜਿਹੇ ਲੈਵਲ ਤੋਂ ਇੱਥੋਂ ਹੀ ਸਟਾਰਟਅਪ ਕਰਿਆ ਸੀ ਕੰਮ ਵੀ ਇੱਕ ਵਾਰ ਆਪਣੇ ਪੰਜਾਬ 'ਚ ਰਹਿ ਕੇ ਕੰਮ ਕਰਕੇ ਦੇਖੀਏ। ਮੈਂ ਵੀ ਇੱਕ ਕਿਸਾਨ ਦੀ ਧੀ ਹਾਂ ਹੈ ਨਾ, ਕਿਸਾਨ ਦੇ ਘਰ 'ਚ ਟਰੈਕਟਰ ਹੁੰਦਾ, ਫਿਰ ਸੋਚਿਆ ਵੀ ਕਿਉਂ ਨਾ ਇਹਨੂੰ ਮੈਂ ਆਪਣੇ ਕੰਮ 'ਤੇ ਵੀ ਇਸ ਟਰੈਕਟਰ ਨੂੰ ਯੂਜ਼ ਕਰਾਂ। ਹੁਣ ਜਦ ਆਇਲਸ ਕਰ ਲਈ ਸੀ ਬਾਹਰ ਜਾਣਾ ਸੀ ਹੈ ਨਾ, ਕਿਤੇ ਨਾ ਕਿਤੇ ਲੋਕ ਵੀ ਤਾਨੇ ਮਿਹਣੇ ਮਾਰਦੇ ਸੀਗੇ ਵੀ ਹੁਣ ਇਹ ਲੈ ਇਹ ਕੰਮ ਕਰੂਗੀ, ਬਾਹਰ ਵਗ ਜਾਂਦੀ ਪੈਸੇ ਕਮਾਉਂਦੀ। ਫਿਰ ਮੈਂ ਉਸ ਚੀਜ਼ ਦਾ ਜਵਾਬ ਦਿੱਤਾ, ਅੱਜ ਛੋਟੇ ਜਿਹੇ ਲੈਵਲ ਤੋਂ ਰਿਕਸ਼ਾ ਰੇਹੜੀ ਤੋਂ ਸਟਾਰਟ ਕਰਕੇ ਹੈ ਨਾ ਅੱਜ ਇੱਥੇ ਆਪਣੇ ਪੰਜਾਬ 'ਚ ਰਹਿ ਕੇ ਕੰਮ ਕਰਿਆ ਵੀ ਹਾਂ। ਖਾਸ ਵੀਰੇ ਹਰ ਰੁੱਤ ਦੇ ਵਿੱਚ ਹਰ ਮੌਸਮ ਦੇ ਵਿੱਚ ਆਪਣੇ ਲਵੇ ਸਾਗ ਅਵੇਲੇਬਲ ਹੁੰਦਾ, ਸਾਗ ਮੱਕੀ ਵੀ ਜਿਹੜਾ ਆਪਣਾ ਖਾਣਾ ਹੈ ਨਾ ਉਹ ਪਿਓਰ ਹੈ, ਦੇਸੀ ਪਿੰਡਾਂ ਵਾਂਗੂ ਬਿਲਕੁਲ, ਉਹ 'ਚ ਆਪਾਂ ਕੋਈ ਵੀ ਮਸਾਲਾ ਐਡ ਨਹੀਂ ਕਰਦੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ, ਮੈਂ ਗੁਰਪ੍ਰੀਤ ਤੁਹਾਡਾ ਸਵਾਗਤ ਕਰਦਾ। ਦੋਸਤੋ, ਟਰੈਕਟਰ ਅਕਸਰ ਕਹਿੰਦੇ ਖੇਤਾਂ ਦੇ ਵਿੱਚ ਹੁੰਦੇ ਨੇ, ਪਰ ਸਾਡੀ ਇੱਕ ਭੈਣ ਆ ਟਰੈਕਟਰ ਜਿਹੜਾ ਕਿ ਹੁਣ ਮੋਹਾਲੀ ਲੈ ਕੇ ਆਏ ਨੇ। ਮੋਹਾਲੀ ਟਰੈਕਟਰ ਲੈ ਕੇ ਟਰਾਲੀ ਜਿਹੜੀ ਹੁੰਦੀ ਉਹ ਕੰਮ ਲਈ ਖੇਤਾਂ ਦੇ ਵਿੱਚ ਕੰਮ ਆਉਂਦੀ ਹੈ, ਪਰ ਇਹਨਾਂ ਨੇ ਢਾਬਾ ਤਿਆਰ ਕਰਤਾ। ਤੁਸੀਂ ਤਸਵੀਰ ਇੱਕ ਵਾਰ ਦੇਖ ਸਕਦੇ ਹੋ ਪੂਰੇ ਢਾਬੇ ਦੀ। ਭੈਣ ਹੋਣੀ ਪਹੁੰਚ ਚੁੱਕੇ ਨੇ, ਭੈਣ ਨੂੰ ਪਤਾ ਕਹਿੰਦੇ ਟਰੈਕਟਰ ਹੀ ਬੰਦ ਕਰ ਦਿਓ, ਟਰੈਕਟਰ ਕਰ ਦਿਓ ਬੰਦ, ਟਰੈਕਟਰ ਕਰਤਾ ਜੀ ਬੰਦ। ਹੁਣ ਇਹਨਾਂ ਨਾਲ ਗੱਲਬਾਤ ਕਰਾਂਗੇ, ਆ ਜਾਓ ਜੀ ਨੀਚੇ ਹੁਣ। ਸੋ ਇੱਕ ਤੁਸੀਂ ਤਸਵੀਰ ਪਹਿਲਾਂ ਦੇਖ ਸਕਦੇ ਹੋ ਟਰੈਕਟਰ ਦੀ ਪੂਰੀ, ਕਿ ਜਿਹੜਾ ਟਰੈਕਟਰ ਅਤੇ ਟਰਾਲੀ, ਟਿੱਬਿਆਂ ਦਾ ਪੁੱਤ ਜਿਹੜਾ ਕਿ ਸਿੱਧੂ ਮੂਸੇ ਵਾਲੀ ਤਸਵੀਰ ਤੁਸੀਂ ਦੇਖ ਸਕਦੇ ਹੋ, ਕਿ ਇਹਨਾਂ ਨੇ ਇੱਕ ਵੱਖਰੀ ਜਿਹੜੀ ਕਿ ਸਟੋਰੀ ਤੁਹਾਡੀ ਲੈ ਕੇ ਆਏ ਆ, ਤਸਵੀਰ ਤੁਹਾਨੂੰ ਦਿਖਾ ਰਹੇ ਆ। ਇੱਧਰ ਆ ਜਾਓ ਜੀ, ਸ਼ਾਮਾਂ 'ਚ ਆ ਜੀ ਥੋੜ੍ਹਾ ਜਿਹਾ। ਕੀ ਨਾਮ ਹੈ ਜੀ? ਮੇਰਾ ਨਾਮ ਸੋਨੇ ਸ਼ਰਮਾ। ਮੈਂ ਕਹਿੰਦਾ ਤੁਸੀਂ ਟਰੈਕਟਰ ਲੈ ਕੇ ਖੁਦ ਪਹੁੰਚ ਚੁੱਕੇ ਹੁਣ, ਇਹ ਤਾਂ ਖੇਤਾਂ 'ਚ ਕੰਮ ਆਉਂਦਾ, ਤੁਸੀਂ ਇੱਥੇ ਕਿੱਥੇ ਲਿਆਏ ਫਿਰ? ਵੀਰੇ ਮੈਂ ਵੀ ਇੱਕ ਕਿਸਾਨ ਦੀ ਧੀ ਹਾਂ ਹੈ ਨਾ, ਕਿਸਾਨ ਦੇ ਘਰ 'ਚ ਟਰੈਕਟਰ ਹੁੰਦਾ, ਫਿਰ ਸੋਚਿਆ ਵੀ ਕਿਉਂ ਨਾ ਇਹਨੂੰ ਮੈਂ ਆਪਣੇ ਕੰਮ 'ਤੇ ਵੀ ਇਸ ਟਰੈਕਟਰ ਨੂੰ ਯੂਜ਼ ਕਰਾਂ। ਇਹ ਬਹੁਤ ਪੁਰਾਣਾ ਟਰੈਕਟਰ ਹੈ, ਇਹ 88 ਮਾਡਲ ਟਰੈਕਟਰ ਹੈ, ਦੁਬਾਰਾ ਤਿਆਰ ਕਰਾਂ। ਅੱਛਾ, 88 ਮਾਡਲ ਟਰੈਕਟਰ ਤਿਆਰ ਕਰਕੇ ਤੁਸੀਂ ਲੈ ਕੇ ਆਏ ਹੋ ਅਤੇ ਟਰੈਲੀ, ਮੈਂ ਕਹਿੰਦਾ ਉੱਪਰ ਤੁਸੀਂ ਖਾਣ ਪੀਣ ਦਾ ਕੰਮ ਸ਼ੁਰੂ ਕਰਤਾ, ਇਹ ਕਨਸੈਪਟ ਕਿਵੇਂ, ਮਤਲਬ ਸਵੱਭ ਕਿਵੇਂ ਬਣਿਆ ਚੀਜ਼ਾਂ ਦਾ? ਵੀਰੇ ਬਸ ਹੈ ਨਾ, ਟਰੈਕਟਰ ਟਰਾਲੀ ਸ਼ੁਰੂ ਤੋਂ ਹੀ ਆਪਣੇ ਘਰ 'ਚ ਸੀਗੇ, ਇਹ ਚੀਜ਼ਾਂ ਬਾਰੇ ਆਪਾਂ ਨੂੰ ਨੌਲੇਜ ਹੈਗੀ ਸੀਗੀ ਹੈ ਨਾ, ਤਾਂ ਕਰਕੇ ਸੋਚਿਆ ਵੀ ਜੇ ਟਰੈਕਟਰ ਤੋਂ ਖੇਤ 'ਚ ਕੰਮ ਲਿਆ ਜਾ ਸਕਦਾ ਤਾਂ ਕਿਤੇ ਨਾ ਕਿਤੇ ਖਾਣੇ ਦੇ ਨਾਲ ਉਹ ਵੀ ਰਿਲੇਟਡ ਹੈ ਹੈ ਨਾ, ਆਪਾਂ ਇਹਨੂੰ ਢਾਬੇ 'ਚ ਵੀ ਕੰਮ ਲੈ ਸਕਦੇ ਹਾਂ। ਹਾਂਜੀ ਵੀਰੇ, ਮਤਲਬ ਸੋਚ ਵੱਖਰੀ ਉਹ ਬਣਾਤੀ, ਇੱਕ ਪਾਸੇ ਖੇਤਾਂ 'ਚ ਕੰਮ ਹੈ, ਦੂਜੇ ਪਾਸੇ ਤੁਸੀਂ ਇੱਧਰ ਨੂੰ ਹੁਣ ਖਾਣ ਪੀਣ ਦਾ ਕੰਮ ਸ਼ੁਰੂ ਕਰਤਾ ਅਤੇ ਕਿਸਾਨੀ ਵੀ ਕਰਦੇ ਤੁਸੀਂ? ਹਾਂਜੀ ਵੀਰੇ ਬਿਲਕੁਲ, ਮੇਰੇ ਡੈਡੀ ਨੇ ਜਿਹੜੇ ਉਹ ਖੇਤੀ ਕਰਦੇ ਨੇ। ਹਾਂਜੀ ਵੀਰੇ, ਉਹ ਕਣਕ ਬੀਜਦੇ ਨੇ, ਅਸੀਂ ਕਣਕ ਨੂੰ ਇੱਥੇ ਲਿਆ ਕੇ ਆਪਣਾ ਢਾਬੇ 'ਤੇ ਯੂਜ਼ ਕਰਦੇ ਹਾਂ, ਕਣਕ ਦਾ ਆਟਾ ਬਣਾ ਕੇ ਫਿਰ ਯੂਜ਼ ਕਰ ਦਿੰਦੇ ਹਾਂ। ਅਤੇ ਜੇ ਮੈਂ ਗੱਲ ਕਰਾਂ, ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ? ਸਾਨੂੰ ਵੀਰੇ ਇੱਥੇ 2 ਸਾਲ ਹੋ ਗਏ। ਹਾਂਜੀ ਵੀਰੇ, ਪਹਿਲਾਂ ਤਾਂ ਮੈਂ ਆਇਲਸ ਕੀਤੀ ਸੀਗੀ, ਆਇਲਸ ਕਰਕੇ ਫੋਰਨ ਜਾਣਾ ਸੀਗਾ ਹੈ ਨਾ, ਵੀ ਕਿਤੇ ਨਾ ਕਿਤੇ ਚਲੋ ਬਾਹਰ ਜਾ ਕੇ ਆਪਣਾ ਫਿਊਚਰ ਹੈ ਜਿਹੜਾ ਉਹ ਵਧੀਆ ਬਣਾਵਾਂਗੇ। ਫਿਰ ਸੋਚਿਆ ਵੀ ਫੋਰਨ ਜਾਣ 'ਤੇ ਵੀ 20-25 ਲੱਖ ਰੁਪਏ ਲੱਗਦੇ ਨੇ ਹੈ ਨਾ,
ਕਿਤੇ ਨਾ ਕਿਤੇ ਆਪਾਂ ਛੋਟੇ ਜਿਹੇ ਲੈਵਲ ਤੋਂ ਇੱਥੋਂ ਹੀ ਸਟਾਰਟਅਪ ਕਰਿਆ ਸੀ ਕੰਮ, ਵੀ ਇੱਕ ਵਾਰ ਆਪਣੇ ਪੰਜਾਬ 'ਚ ਰਹਿ ਕੇ ਕੰਮ ਕਰਕੇ ਦੇਖੀਏ। ਅਤੇ ਸ਼ੁਰੂ ਦੇ ਵਿੱਚ ਹੀ ਮੈਨੂੰ ਬਹੁਤ ਅੱਛਾ ਰਿਸਪੋਂਸ ਮਿਲਿਆ, ਕਿਉਂਕਿ ਕਿਤੇ ਨਾ ਕਿਤੇ ਹੈ ਨਾ ਖਾਣੇ 'ਚ ਵੀ ਟੇਸਟ ਸੀ, ਅਤੇ ਉਸ ਚੀਜ਼ ਕਰਕੇ ਜਿਹੜਾ ਲੋਕਾਂ ਦਾ ਬਹੁਤ ਅੱਛਾ ਰਿਸਪੋਂਸ ਮਿਲਿਆ ਸੀ। ਤੁਸੀਂ ਵੱਡੀ ਗੱਲ ਕਹਿਤੀ ਹੈ, ਆਇਲਸ ਕੀਤੀ ਹੋਈ ਤੁਸੀਂ? ਹਾਂਜੀ। ਕਿੰਨੇ ਕੁ ਬੈਂਡ ਆ ਗਏ ਸੀਗੇ ਫਿਰ? ਮੇਰੇ 6.5 ਬੈਂਡ ਸਕੋਰ ਸੀਗੇ ਅਤੇ ਓਵਰਆਲ ਸਕੋਰ 6 ਸੀਗੇ। ਅੱਛੇ ਬੈਂਡ ਤੁਹਾਡੇ ਓਵਰਆਲ ਸੀਗੇ। ਹਾਂਜੀ। ਫਿਰ ਬਾਹਰ ਬੂਰ ਕਿਉਂ ਨਹੀਂ ਗਏ ਤੁਸੀਂ ਫਿਰ? ਬਾਹਰ ਵੀਰੇ ਬਸ ਫਿਰ ਉਹੀ ਗੱਲ ਆ ਗਈ ਦੁਬਾਰੇ ਵੀ ਕਰਜ਼ਾ ਚੱਕ ਕੇ ਬਾਹਰ ਜਾਣਾ ਹੈ ਨਾ, ਕਿਉਂਕਿ ਘਰੇ ਜੇ ਇੰਨਾ ਪੈਸਾ ਹੁੰਦਾ ਫਿਰ ਬਾਹਰ ਜਾਣ ਦੀ ਨੌਬਤ ਨਹੀਂ ਆਉਂਦੀ ਸੀਗੀ, ਵੀ ਘਰੇ ਇੰਨਾ ਪੈਸਾ ਹੈ ਨਹੀਂ ਸੀ ਵੀ ਕਰਜ਼ਾ ਚੱਕ ਕੇ ਇੱਕ ਵਾਰ ਜਾ ਰਹੇ ਹਾਂ, ਅਤੇ ਵੀ ਜੇ ਬਾਹਰ ਜਾ ਕੇ ਇੰਨੇ ਨਾ ਕਮਾ ਸਕੇ ਬਾਈ ਚਾਂਸ ਫਿਰ ਵੀ ਡਿਪਰੈਸ਼ਨ ਦਾ ਸ਼ਿਕਾਰ ਹੋਣ ਤੋਂ ਕਿਤੇ ਨਾ ਕਿਤੇ ਚੰਗਾ ਵੀ ਆਪਾਂ ਇੱਥੇ ਰਹਿ ਕੇ ਥੋੜ੍ਹੇ ਪੈਸਿਆਂ 'ਚ ਕੰਮ ਸਟਾਰਟ ਕਰੀਏ। ਹਾਂਜੀ। ਜੇ ਗੱਲ ਕਰਾਂ ਟਰੈਕਟਰ ਦੀ, ਟਰਾਲੀ ਜਿਹੜੀ ਤਿਆਰ ਹੋਈ ਵੀਰੇ ਕਿੰਨੇ ਕੁ ਦੀ ਹੋ ਗਈ ਸੀਗੀ ਫਿਰ? ਵੀਰੇ ਇਹ ਟੋਟਲ 3.5 ਲੱਖ ਰੁਪਇਆ ਲੱਗ ਗਿਆ ਸੀ ਇੱਥੇ, ਫਿਰ ਅਸੀਂ ਇਹਦੀ ਦੁਬਾਰਾ ਫਿਰ ਇਹਨੂੰ ਉਹ ਕਰਵਾਇਆ ਤਾਂ 4.5 ਲੱਖ ਰੁਪਇਆ ਆ ਗਿਆ ਸੀ। ਉਹ ਤਾਂ ਬਹੁਤ ਸੋਹਣੀ ਬਣਾਈ ਵੀ ਪਿੱਛੇ ਸਿੱਧੂ ਮੂਸੇ ਵਾਲੇ ਦੀ। ਹਾਂਜੀ ਵੀਰੇ, ਬਾਈ ਸਿੱਧੂ ਨੇ ਜਿਹੜੇ ਉਹ ਸਾਡੇ ਏਰੀਏ ਦੇ ਨੇ, ਅਸੀਂ ਵੀ PV31 ਨੂੰ ਬਿਲੋਂਗ ਕਰਦੇ ਹਾਂ। ਸਿੱਧੂ ਬਾਈ ਵੀ ਡਿਸਟ੍ਰਿਕਟ ਮਾਨਸਾ ਤੋਂ ਹੀ ਸੀ, ਇਹਨਾਂ ਨੇ ਆਲ ਵਰਲਡ ਦੇ ਵਿੱਚ ਜਿਹੜਾ PV31 ਨੂੰ ਚਮਕਾਇਆ, ਕਿਉਂਕਿ ਇਹ ਵੀ ਇੱਕ ਛੋਟੇ ਜਿਹੇ ਘਰ ਤੋਂ ਉੱਠੇ ਸੀਗੇ ਹੈ ਨਾ, ਇਹਨਾਂ ਨੇ ਵੀ ਆਪਣੀ ਮਿਹਨਤ ਦੇ ਸਦਕਾ ਹੀ ਆਪਣਾ ਨਾਮ ਬਣਾਇਆ। ਸ਼ੁਰੂਆਤ ਦੀ ਗੱਲ ਕਰਾਂ, ਸ਼ੁਰੂਆਤ ਕਿਵੇਂ ਕੀਤੀ ਤੁਸੀਂ? ਤੁਸੀਂ ਕਿਹਾ ਇਸ ਤੋਂ ਇੱਧਰ ਨੂੰ ਆਏ, ਸ਼ੁਰੂਆਤ ਕਿਵੇਂ ਹੋਈ ਤੁਹਾਡੀ ਫਿਰ? ਸ਼ੁਰੂਆਤ ਤਾਂ ਵੀਰੇ ਹੁਣ ਜਦ ਆਇਲਸ ਕਰ ਲਈ ਸੀ, ਬਾਹਰ ਜਾਣਾ ਸੀ ਹੈ ਨਾ, ਕਿਤੇ ਨਾ ਕਿਤੇ ਲੋਕ ਵੀ ਤਾਨੇ ਮਿਹਣੇ ਮਾਰਦੇ ਸੀਗੇ ਵੀ ਹੁਣ ਇਹ ਲੈ ਇਹ ਕੰਮ ਕਰੂਗੀ, ਬਾਹਰ ਵਗ ਜਾਂਦੀ ਪੈਸੇ ਕਮਾਉਂਦੀ। ਫਿਰ ਮੈਂ ਉਸ ਚੀਜ਼ ਦਾ ਜਵਾਬ ਦਿੱਤਾ, ਅੱਜ ਛੋਟੇ ਜਿਹੇ ਲੈਵਲ ਤੋਂ ਰਿਕਸ਼ਾ ਰੇਡੀ ਤੋਂ ਸਟਾਰਟ ਕਰਕੇ ਹੈ ਨਾ, ਅੱਜ ਇੱਥੇ ਆਪਣੇ ਪੰਜਾਬ 'ਚ ਰਹਿ ਕੇ ਕੰਮ ਕਰਿਆ। ਅਤੇ ਸ਼ੁਰੂਆਤ ਵੀ ਤੁਸੀਂ ਕਰ ਲਈ ਹੈ ਨਾ, ਤੁਸੀਂ ਪਹਿਲਾਂ ਦੱਸਿਆ ਵੀ ਰੇਡੀ ਤੋਂ ਸਟਾਰਟ ਕੀਤਾ ਸੀ ਹੈ ਨਾ, ਉਹ ਸਮਾਂ ਕਿੱਦਾਂ ਦਾ ਸੀਗਾ ਅਤੇ ਅੱਜ ਸਮਾਂ ਕਿੰਨਾ ਕੁ ਬਦਲ ਗਿਆ ਫਿਰ? ਵੀਰੇ ਸਮਾਂ ਕਿਤੇ ਨਾ ਕਿਤੇ ਉਹ ਵੀ ਠੀਕ ਸੀਗਾ ਹੈ ਨਾ, ਉਹਨੇ ਆਪਾਂ ਨੂੰ ਮਿਹਨਤ ਕਰਨਾ ਸਿਖਾਇਆ, ਆਪਾਂ ਨੂੰ ਹਰ ਹਾਲਾਤ ਦੇ ਨਾਲ ਲੜਨਾ ਸਿਖਾਇਆ, ਜੇ ਸ਼ਾਇਦ ਉਹ ਸਮਾਂ ਨਾ ਹੁੰਦਾ ਤਾਂ ਅੱਜ ਆਪਾਂ ਇੱਥੇ ਵੀ ਨਾ ਹੁੰਦੇ। ਤਾਨੇ ਮੇਨੇ ਤੁਸੀਂ ਦੱਸਿਆ ਜੀ ਬਹੁਤ ਮਿਲੇ, ਰੇਡੀ ਤੋਂ ਸ਼ੁਰੂਆਤ ਕੀਤੀ ਸੀ, ਲੋਕ ਕੀ ਕਹਿੰਦੇ ਤੇ ਰਿਸ਼ਤੇਦਾਰ ਕੀ ਕਹਿੰਦੇ ਸੀ ਤੁਹਾਨੂੰ ਉਸ ਸਮੇਂ ਫਿਰ? ਰਿਸ਼ਤੇਦਾਰ ਤਾਂ ਇਹੀ ਕਹਿੰਦੇ ਸੀ ਵੀਰੇ ਵੀ ਬਾਹਰ ਵਗ ਜਾਂਦੀ ਲੈ, ਬਾਹਰ ਪੈਸਾ ਕਮਾਉਂਦੀ ਜਾ ਕੇ ਫਿਊਚਰ ਬਣ ਜਾਂਦਾ, ਕਿਤੇ ਨਾ ਕਿਤੇ ਮੈਂ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੀ ਫੈਮਿਲੀ ਨੂੰ ਛੱਡ ਕੇ ਬਾਹਰ ਜਾਂਦੀ ਹੈ ਨਾ, ਉਹ ਵੀ ਇੱਕ ਹੋਪ ਸੀਗੀ ਵੀ ਪੈਸਾ ਕਮਾਉਂਦੇ, ਪਰ ਕਿਤੇ ਨਾ ਕਿਤੇ ਆਪਾਂ ਫੈਮਿਲੀ ਦੇ ਵਿੱਚ ਰਹਿ ਕੇ ਇੱਥੇ ਵੀ ਕਮਾ ਸਕਦੇ ਹਾਂ, ਇੱਥੇ ਕਮਾ ਕੇ ਦਿਖਾਇਆ ਵੀਰੇ ਕਮਾਇਆ। ਅਤੇ ਹੁਣ ਪੂਰਾ ਮੈਂ ਕਹਿੰਦਾ ਕੰਮ ਕਾਰ 'ਚ ਥੋੜ੍ਹਾ ਵਧੀਆ ਚੱਲ ਰਿਹਾ ਇੱਥੇ ਹੈ ਨਾ? ਹਾਂਜੀ ਵੀਰੇ ਬਿਲਕੁਲ ਵਧੀਆ, ਆਪਣੀ ਮਿਹਨਤ ਵੀ ਆਪਾਂ ਵਧੀਆ ਕਰ ਰਹੇ ਹਾਂ ਅਤੇ ਕੰਮ ਵੀ ਬਾਬੇ ਦੀ ਮਿਹਰ ਨਾਲ ਵਧੀਆ ਹੈ। ਹਾਂਜੀ ਵੀਰੇ। ਅਤੇ ਤੁਸੀਂ ਮਾਨਸਾ ਤੋਂ ਬਿਲੋਂਗ ਕਰਦੇ ਹੋ, ਜਿਹੜਾ ਅਪ ਡਾਊਨ ਕਰਦੇ ਹੋ ਤੁਸੀਂ ਡੇਲੀ ਕਰਦੇ ਹੋ ਕਿ ਇੱਥੇ ਰਹਿੰਦੇ ਹੋ ਮੋਹਾਲੀ ਹੋ? ਨਹੀਂ ਅਸੀਂ ਇੱਥੇ ਰਹਿੰਦੇ ਹਾਂ ਵੀਰੇ ਮੋਹਾਲੀ। ਪਿੰਡ ਤੁਹਾਡਾ ਮਾਨਸਾ? ਪਿੰਡ ਮਾਨਸਾ। ਇੱਥੇ ਮੇਰੇ ਹਸਬੈਂਡ ਨੇ ਜਿਹੜੇ ਉਹ ਪਹਿਲਾਂ ਜੌਬ ਕਰਦੇ ਸੀਗੇ। ਕੀ ਜੌਬ ਕਰਦੇ ਸੀਗੇ ਜੀ ਪਹਿਲਾਂ? ਉਹ ਹੋਮਲੈਂਡ 'ਚ ਜੌਬ ਕਰਦੇ ਸੀ। ਕਿਸ ਚੀਜ਼ ਦੀ? ਸਿਕਿਉਰਿਟੀ ਸੁਪਰਵਾਈਜ਼ਰ ਦੀ ਕਰਦੇ ਸੀ। ਫਿਰ ਹੁਣ ਉਹ ਛੱਡ ਕੇ ਮੈਨੂੰ ਲੱਗਦਾ ਇੱਥੇ ਤੁਹਾਡੇ ਨਾਲ ਕੰਮ ਕਰ ਰਹੇ ਫਿਰ ਹੁਣ? ਹਾਂਜੀ ਵੀਰੇ ਬਿਲਕੁਲ, ਕਿਉਂਕਿ ਫਿਰ ਮੇਰੇ ਤੋਂ ਇਕੱਲੀ ਤੋਂ ਇੰਨਾ ਕੰਮ ਹੈਂਡਲ ਨਹੀਂ ਹੁੰਦਾ ਸੀ, ਉਹ ਵੀ ਮੇਰੇ ਨਾਲ ਨੇ ਜਿਹੜੇ ਹੈਲਪ ਕਰਦੇ ਨੇ ਸਪੋਰਟ। ਹਾਂਜੀ। ਅਤੇ ਭੈਣ ਜੇ ਗੱਲ ਕਰੀਏ ਇੱਥੇ, ਕਹਿੰਦੇ ਪਹਿਲਾਂ ਸ਼ਰਮ ਬਹੁਤ ਕਰਦੇ ਸੀ ਲੋਕ ਹੈ ਨਾ, ਪਹਿਲਾਂ ਆਪਣੇ ਜਿਵੇਂ ਘਰ ਵਾਲੀ ਨੂੰ ਕੱਢਣ ਤੋਂ ਬਾਹਰ ਡਰਦੇ ਸੀਗੇ ਕਿ ਲੋਕ ਗੱਲਾਂ ਕਰਨਗੇ, ਪਰ ਅੱਜ ਦੇ ਟਾਈਮ ਦੇ ਵਿੱਚ ਹੁਣ ਉਹ ਚੀਜ਼ ਬਦਲ ਗਈ ਹੈ, ਲੋਕਾਂ ਦੀ ਸੋਚ ਵੀ ਬਦਲ ਗਈ ਆ ਨਾ, ਕੀ ਕਹੋਗੇ ਇਸ ਬਾਰੇ ਫਿਰ ਹੁਣ? ਦੇਖੋ ਵੀਰੇ ਕਿਤੇ ਨਾ ਕਿਤੇ ਹੈ ਨਾ ਅੱਜ ਕੱਲ੍ਹ ਖਰਚੇ ਵੀ ਬਹੁਤ ਬਹੁਤ ਵੱਧ ਗਏ ਹੈ ਨਾ,
ਵੀ ਜੇ ਘਰ ਦੇ ਵਿੱਚ ਇੱਕ ਜਣਾ ਕਮਾਊਗਾ ਤਾਂ ਸ਼ਾਇਦ ਕਿਤੇ ਨਾ ਕਿਤੇ ਆਪਣੀ ਫੈਮਿਲੀ ਦੇ ਖਰਚੇ ਨਹੀਂ ਪੂਰੇ ਹੁੰਦੇ, ਆਪਣੇ ਬੱਚੇ ਵਧੀਆ ਸਕੂਲਾਂ 'ਚ ਨਹੀਂ ਪੜ੍ਹ ਸਕਦੇ। ਜੇ ਕਿਤੇ ਨਾ ਕਿਤੇ ਔਰਤ ਮੋਢੇ ਨਾਲ ਮੋਢਾ ਲਾ ਕੇ ਕਮਾਊਗੀ ਤਾਂ ਮੈਨੂੰ ਲੱਗਦਾ ਵੀ ਫੈਮਿਲੀ ਦਾ ਗੁਜ਼ਾਰਾ ਜਿਹੜਾ ਉਹ ਸਹੀ ਢੰਗ ਨਾਲ ਹੋ ਸਕਦਾ। ਅਤੇ ਵੀ ਇੱਕ ਜਿਹੜਾ ਜੈਂਟਸ ਹੈ ਉਹਦੇ ਮੋਢਿਆਂ 'ਤੇ ਵੀ ਇੰਨਾ ਵੜਨ ਨਹੀਂ ਰਹਿੰਦਾ ਖਰਚੇ ਦਾ, ਜੇ ਇਕੱਲਾ ਜਣਾ ਕਮਾਊਗਾ ਤਾਂ ਉਹਦੇ ਮੋਢਿਆਂ 'ਤੇ ਜ਼ਿਆਦਾ ਖਰਚੇ ਦਾ ਜਿਹੜਾ ਉਹ ਹੈ ਵੜਨ ਰਹੂਗਾ। ਹਾਂਜੀ, ਤਾਂ ਹੀ ਤੁਸੀਂ, ਮੈਂ ਕਹਿੰਦਾ ਹੁਣ ਹਸਬੈਂਡ ਵਾਈਫ ਪੂਰਾ ਕੰਮ ਖਿੱਚਿਆ ਹੋਇਆ ਪੂਰਾ, ਹੈ ਨਾ? ਹਾਂਜੀ ਵੀਰੇ, ਬਿਲਕੁਲ ਅਸੀਂ ਦੋਨੋਂ ਰਲ ਕੇ ਇੱਥੇ ਮਿਹਨਤ ਕਰਦੇ ਹਾਂ ਅਤੇ ਆਪਣਾ ਵਧੀਆ। ਕਿੰਨੇ ਕੁ ਵਜੇ ਆ ਜਾਂਦੇ ਤੁਸੀਂ ਵੀ, ਕਿੰਨੇ ਕੁ ਵਜੇ ਜਾਂਦੇ ਫਿਰ? ਅਸੀਂ ਵੀਰੇ ਸਵੇਰੇ 6 ਵਜੇ ਆ ਜਾਂਦੇ ਹਾਂ, ਸ਼ਾਮ ਦੇ 6 ਵਜੇ ਤੱਕ ਹੁੰਦੇ ਹਾਂ, 12 ਘੰਟੇ ਅਸੀਂ ਇੱਥੇ ਮਿਹਨਤ ਕਰਦੇ। ਮਤਲਬ ਕਿ ਜਿਵੇਂ ਖੇਤਾਂ ਦੇ ਵਿੱਚ ਸਵੇਰੇ ਸਵੇਰੇ ਜਾਂਦੇ ਹੁੰਦੇ ਤੇ ਉਵੇਂ ਇੱਥੇ ਸਵੇਰੇ ਸਾਜਰੇ ਸਾਜਰੇ ਆ ਜਾਂਦੇ ਹੋ? ਹਾਂਜੀ ਵੀਰੇ, ਬਿਲਕੁਲ ਅਸੀਂ ਸਵੇਰੇ ਸਾਜਰੇ ਇੱਥੇ ਆ ਕੇ ਬ੍ਰੇਕਫਾਸਟ ਹੈ ਜਿਹੜਾ ਬੱਚਿਆਂ ਦਾ ਤਿਆਰ ਕਰਦੇ ਹਾਂ, ਲੰਚ ਡਿਨਰ ਇੱਥੇ ਤਿਆਰ। ਅੱਛਾ, ਮਤਲਬ ਇੱਥੇ ਹੁਣ ਘਰ ਬਣਾਇਆ ਹੋਇਆ ਸਾਰਾ ਕੁਝ, ਇੱਥੇ ਚੱਲਦਾ। ਜੇ ਰਸੋਈ ਦੀ ਗੱਲ ਕਰਾਂ ਤੁਹਾਡੀ, ਹੈ ਨਾ, ਰਸੋਈ ਵੀ ਮੈਂ ਕਹਿੰਦਾ ਵੱਖਰੀ ਜਿਹੀ ਬਣਾਈ ਹੋਈ ਸੀ ਅੰਦਰ। ਹਾਂਜੀ ਵੀਰੇ, ਬਿਲਕੁਲ, ਕਿਉਂਕਿ ਫਿਰ ਮੀਂਹ ਕਣੀ ਦੇ ਵਿੱਚ ਦਿੱਕਤ ਖੜੀ ਹੋ ਜਾਂਦੀ ਸੀਗੀ, ਹੈ ਨਾ, ਬਾਹਰ ਸਮਾਨ ਖਰਾਬ ਹੋ ਜਾਂਦਾ ਸੀ। ਟਰਾਲੀ ਦੇ ਵਿੱਚ ਸਾਰਾ ਸੈਟਅਪ ਬਣਾਇਆ, ਇੱਥੇ ਸਬਜ਼ੀਆਂ ਤਿਆਰ ਕਰਦੇ ਹਾਂ, ਵਿੱਚ ਹੀ ਸਾਰਾ ਸਮਾਨ ਤਿਆਰ ਕਰਦੇ। ਖਾਸ ਕੀ ਹੈ ਫਿਰ ਹੁਣ ਇੱਥੇ, ਹੁਣ PB31 ਵਾਲੇ ਮਾਨਸੇ ਵਾਲੇ ਖਾਸ ਕੀ ਲੈ ਕੇ ਆਏ ਨੇ ਮੋਹਾਲੀ ਦੇ ਵਿੱਚ? ਖਾਸ ਵੀਰੇ, ਹਰ ਰੁੱਤ ਦੇ ਵਿੱਚ ਹਰ ਮੌਸਮ ਦੇ ਵਿੱਚ ਆਪਣੇ ਲਵੇ ਸਾਗ ਅਵੇਲੇਬਲ ਹੁੰਦਾ, ਸਾਗ ਮੱਕੀ ਦੀ ਰੋਟੀ। ਮਤਲਬ ਕਹਿੰਦੇ ਸਾਗ ਮਿਲਦਾ ਨਹੀਂ ਕਹਿੰਦੇ ਕਿਸੇ ਪਾਸੇ? ਨਹੀਂ ਨਹੀਂ, ਸਾਗ ਮੱਕੀ ਦੀ ਰੋਟੀ ਆਪਣੇ ਲਵੇ 12 ਮਹੀਨੇ 30 ਦਿਨ ਅਵੇਲੇਬਲ ਹੁੰਦੀ। ਹਾਂਜੀ ਵੀਰੇ, ਬਿਲਕੁਲ। ਹੋਰ ਕੀ ਖਾਸ ਸਪੈਸ਼ਲ? ਸਪੈਸ਼ਲ ਵੀਰੇ, ਵੀ ਜਿਹੜਾ ਆਪਣਾ ਖਾਣਾ ਹੈ ਨਾ ਉਹ ਪਿਓਰ ਹੈ, ਦੇਸੀ ਪਿੰਡਾਂ ਵਾਂਗੂ ਬਿਲਕੁਲ। ਉਹ 'ਚ ਆਪਾਂ ਕੋਈ ਵੀ ਮਸਾਲਾ ਐਡ ਨਹੀਂ ਕਰਦੇ, ਕਿਉਂਕਿ ਮਾਰਕੀਟ ਦੇ ਵਿੱਚ ਮਸਾਲੇ ਤਾਂ ਬਹੁਤ ਮਿਲ ਜਾਂਦੇ ਨੇ, ਹੈ ਨਾ, ਕਿਤੇ ਨਾ ਕਿਤੇ ਵਿਦਾਊਟ ਮਸਾਲਿਆਂ ਤੋਂ ਟੇਸਟ ਹੀ ਖਾਣਾ ਉਹ ਆਪਾਂ ਤਿਆਰ ਕਰਦੇ। ਕੜਨੀ ਦੇ ਵਿੱਚ ਆਪਾਂ ਦੁੱਧ ਨੂੰ ਕੱਢਣਾ ਰੱਖ ਦਿੰਦੇ ਹਾਂ, ਉਹ ਜਦ ਸ਼ਾਮ ਤੱਕ ਕੜੀ ਜਾਂਦਾ ਉਹ ਲਾਲ ਪੈ ਜਾਂਦਾ ਦੁੱਧ ਦਾ ਰੰਗ, ਤੇ ਫਿਰ ਉਹ ਤਿਆਰ। ਗੱਲਾਂ ਕਿਸਾਨਾਂ ਨੂੰ ਪਤਾ ਹੁੰਦੀਆਂ, ਇਹ ਕਿਸਾਨ ਹੀ ਕਰ ਸਕਦੇ, ਕਿਉਂਕਿ ਜੇ ਰੈਡੀਮੇਡ ਗੱਲ ਕਰੀ ਉੱਥੇ ਲੱਸੀ ਨਹੀਂ ਮਿਲਦੀ। ਬਿਲਕੁਲ ਵੀਰੇ, ਕਿਉਂਕਿ ਆਪਾਂ ਪਿੰਡਾਂ 'ਚ ਉੱਠੇ ਹਾਂ, ਹੈ ਨਾ, ਪਿੰਡਾਂ 'ਚ ਆਪਾਂ ਨੂੰ ਪਿਓਰ ਚੀਜ਼ ਆਪਾਂ ਜ਼ਿਆਦਾ ਉਹ ਕਰਦੇ ਹਾਂ, ਕਿਤੇ ਨਾ ਕਿਤੇ ਉਹ ਚੀਜ਼ ਹਾਲੇ ਵੀ ਸ਼ਹਿਰਾਂ ਦੇ ਵਿੱਚ ਘੱਟ ਹੈ, ਮਤਲਬ ਹੈ ਨਹੀਂ ਉਹ ਚੀਜ਼, ਮੈਂ ਘੱਟ ਕੇ ਹੈ ਹੀ ਨਹੀਂ। ਹਾਂਜੀ ਵੀਰੇ, ਬਿਲਕੁਲ। ਸੋ ਕੀ ਮੈਸੇਜ ਦਊਂਗੇ, ਕਿਉਂਕਿ ਲੋਕਾਂ ਨੂੰ ਇੱਕ ਮੈਸੇਜ ਦੀ ਬਹੁਤ ਲੋੜ ਹੁੰਦੀ ਆ, ਲੋਕਾਂ ਨੂੰ ਕੀ ਮੈਸੇਜ ਦਊਂਗੇ ਤੁਸੀਂ? ਮੈਂ ਤਾਂ ਇਹੀ ਸੁਜੈਸਟ ਕਰੂੰਗੀ ਵੀਰੇ, ਵੀ ਕਿਤੇ ਨਾ ਕਿਤੇ ਜਿਹਦੇ ਨੇ ਸਟੱਡੀ 'ਤੇ ਜਾਣਾ ਉਹ ਬਾਹਰ ਜ਼ਰੂਰ ਜਾਓ, ਹੈ ਨਾ, ਪਰ ਕੰਮ ਆਪਣੇ ਪੰਜਾਬ 'ਚ ਵੀ ਬਹੁਤ ਹੈ, ਮਿਹਨਤ ਕਰੋ, ਪੰਜਾਬ ਦੇ ਵਿੱਚ ਕੰਮ ਕਰਨਾ ਚਾਹੀਦਾ, ਛੋਟੇ ਤੋਂ ਛੋਟਾ ਕੰਮ ਵੱਡੇ ਤੋਂ ਵੱਡਾ ਕੰਮ ਜੋ ਵੀ ਹੈ ਆਪਾਂ ਨੂੰ ਕਰ ਲੈਣਾ ਚਾਹੀਦਾ, ਕਿਉਂਕਿ ਆਪਾਂ ਨੂੰ ਆਪਣੇ ਸ਼੍ਰੀ ਗੁਰੂ ਨਾਨਕ ਸਾਹਿਬ ਵੀ ਸਿਖਾ ਕੇ ਗਏ ਨੇ ਵੀ ਕਿਰਤ ਕਰਨੀ ਵੰਡ ਸਕਣਾ, ਉਹ ਆਪਾਂ ਨੂੰ ਕਰਨੀ ਚਾਹੀਦੀ ਹੈ ਕਿਰਤ ਆਪਣੇ ਪੰਜਾਬ ਦੀ ਧਰਤੀ 'ਤੇ ਕਰਨੀ। ਸੋ ਤਸਵੀਰਾਂ ਤੁਹਾਨੂੰ ਦੱਸ ਦੇ PB31 ਵਾਲੇ, ਸੋ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਟਰੈਕਟਰ ਟਰਾਲੀ ਤਿਆਰ ਕਰਾਈ ਆਪਣੀ, ਹੈ ਨਾ, ਸਾਰਾ ਕੁਝ ਸਮਾਨ ਇਹਨਾਂ ਨੇ ਇੱਥੇ ਕਰਿਆ ਅਤੇ 2 ਸਾਲ ਤੋਂ ਜਿਹੜਾ ਇੱਥੇ ਕੰਮ ਕਰ ਰਹੇ ਨੇ। ਸੋ ਭੈਣ ਨੇ ਸਾਫ਼ ਤੌਰ 'ਤੇ ਦੱਸਿਆ ਕਿ ਮਿਹਨਤ ਮੈਂ ਬਹੁਤ ਕੀਤੀ ਹੈ, ਐਲਸ ਵੀ ਉਹਨਾਂ ਨੇ ਕੀਤੀ, ਪਰ ਬਾਹਰ ਜਾਣ ਦਾ ਸਬੱਬ ਨਹੀਂ ਜਿਹੜਾ ਕਿ ਬਣਿਆ। ਸੋ ਉਹਨਾਂ ਨੇ ਆਪਣਾ ਹੱਥੀਂ ਕੰਮ ਇੱਥੇ ਸ਼ੁਰੂ ਕੀਤਾ ਅਤੇ ਅੱਜ ਬਾਬੇ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਚੱਲ ਰਿਹਾ ਆ। ਇੱਕ ਵਾਰੀ ਹੋਰ ਅਗਲੀ ਵਾਰ ਹੋਰ ਇੱਕ ਨਵੀਂ ਸਟੋਰੀ ਦੇ ਨਾਲ ਉਹਦੇ ਨਾਲ ਰੂਬਰੂ ਹੋਵਾਂਗੇ। ਕੈਮਰਾਮੈਨ ਅਸ਼ੋਕ ਦੇ ਨਾਲ ਗੁਰਪ੍ਰੀਤ।